ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਕਰਾਂਗੇ ਭਾਈ ਮਨਿੰਦਰ ਸਿੰਘ ਜੀ ਦੀ ਕੰਪੋਜੀਸ਼ਨ ਦੇ ਵਿੱਚ। ਪਾਵਨ ਸ਼ਬਦ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਤੇ ਆਏ। ਮੰਦਰ ਸਪਤਕ ਦੇ ਪੰਜਵੇਂ ਕਾਲੇ ਤੋਂ ਇਹ ਸ਼ਬਦ ਸਿੱਖਾਂਗੇ। ਛੋਟੇ ਬੱਚਿਆਂ ਲਈ ਅਤੇ ਮੇਰੀਆਂ ਭੈਣਾਂ ਲਈ ਇਹ ਸਵਰ ਹੈ। ਕਹਿਰਵੇ ਤਾਲ ਦੇ ਵਿੱਚ ਇਹ ਸ਼ਬਦ ਹੈ। ਇਸ ਸ਼ਬਦ ਵਿੱਚ ਜਿਹੜੀਆਂ ਸੁਰਾਂ ਲੱਗਣੀਆਂ ਹਨ ਮੈਂ ਤੁਹਾਨੂੰ ਦੱਸਦਾ ਹਾਂ। ਸਾ ਜੀ ਗਾ ਪਾ ਦਾ ਸਾ, ਸਾ ਨੀ ਧਾ ਪਾ ਗਾ ਜੇ ਸਾ। ਭੁਪਾਲੀ ਰਾਗ ਦੇ ਵਿੱਚ ਇਹ ਸ਼ਬਦ ਦੀ ਕੰਪੋਜੀਸ਼ਨ ਹੈ। ਸਿਰਫ ਇੱਕ ਨੀ ਸਵਰ ਹੈ ਜਿਹੜਾ ਭੁਪਾਲੀ ਰਾਗ ਦੇ ਵਿੱਚ ਨਹੀਂ ਲੱਗਦਾ ਹੈ, ਕਿਉਂਕਿ ਇਹ ਰੀਤ ਹੈ। ਇਸ ਲਈ ਇਸ ਵਿੱਚ ਆਪਾਂ ਵਾਰ ਦੇ ਸਵਰ ਲਗਾ ਸਕਦੇ ਹਾਂ। ਨੀ ਵੱਧ ਸਵਰ ਹੈ ਸਿਰਫ, ਬਾਕੀ ਸਾਰੇ ਭੁਪਾਲੀ ਰਾਗ ਦੇ ਸਵਰ ਹਨ। ਮੈਂ ਇੱਕ ਵਾਰ ਸ਼ਬਦ ਵਜਾਵਾਂਗਾ, ਉਸ ਤੋਂ ਬਾਅਦ ਉਸਦੀ ਸਰਗਮ, ਬਾਅਦ ਵਿੱਚ ਉਸ ਸਰਗਮ ਦੇ ਉੱਪਰ ਸ਼ਬਦ ਨੂੰ ਕਿਸ ਤਰ੍ਹਾਂ ਗਾਇਨ ਕਰਨਾ ਹੈ ਮੈਂ ਹੌਲੀ ਹੌਲੀ ਦੱਸਾਂਗਾ, ਤੁਸੀਂ ਸਿੱਖ ਸਕਦੇ ਹੋ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਤੇ ਆਏ, ਸੋ ਭਲ ਕੇ ਉੱਠ ਹਰ ਨਾਮ ਤੇ ਆਏ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਸਰਗਮ ਦੇਖੋ ਜੀ, ਗੁਰ ਸਤਿਗੁਰ ਕਾ ਗਾਰ ਗਾਰੇ ਸਾ 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 ਰੇ ਸਾਧਾ, ਜੋ ਸਿੱਖ ਅਖਾਏ ਦਾ ਧਾ ਰੇ ਸਾ ਗਾ ਰੇ ਸਾ, ਜੋ ਸਿੱਖ ਅਖਾਏ ਦਾ ਰੇ ਸਾ ਗਾ ਰੇ ਸਾ, ਸੋ ਭਲ ਕੇ ਉੱਠ ਸਾ ਸਾ ਰੇ ਗਾ ਪਾ ਧਾ ਹਰ ਨਾਮ ਤੇ ਆਏ, ਧਾ ਧਾ ਪਾ ਧਾ ਸਾ ਪਾ ਧਾ ਧਾ ਪਾ, ਸੋ ਭਲ ਕੇ ਉੱਠ। ਇਸਦੀ ਸਰਗਮ ਸਾ ਸਾ ਰੇ ਗਾ ਪਾ ਧਾ ਹਰ ਨਾਮ ਤੇ ਆਏ, ਧਾ ਧਾ ਪਾ ਧਾ ਸਾ ਪਾ ਧਾ ਧਾ ਪਾ। ਹੁਣ ਜਿਹੜਾ ਦੂਸਰੀ ਵਾਰੀ ਹੈ, ਸੋ ਭਲ ਕੇ ਉੱਠ, ਜਿਹਦੇ ਨਾਲ ਆਪਾਂ ਅਸਥਾਈ ਜਾਣਾ ਹੈ, ਉਹ ਕਿਸ ਤਰ੍ਹਾਂ? ਸੋ ਭਲ ਕੇ ਉੱਠ ਹਰ ਨਾਮ ਤੇ ਆਏ। ਸਰਗਮ ਦੇਖੋ, ਸਾ ਸਾ ਰੇ ਗਾ ਪਾ ਧਾ 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 ਪਾ ਧਾ ਰੇ ਸਾ ਸਾ ਨੀ ਧਾ ਪਾ ਧਾ ਧਾ। ਇੱਕ ਵਾਰੀ ਫੇਰ ਦੇਖੋ, ਸਾ ਸਾ ਰੇ ਗਾ ਪਾ ਧਾ 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 ਪਾ ਧਾ ਰੇ ਸਾ ਸਾ ਨੀ ਧਾ ਪਾ ਧਾ ਧਾ ਪਾ। ਹੁਣ ਸ਼ਬਦ ਨਾਲ ਦੇਖੋ ਵਾਪਸੀ ਕਿੱਦਾਂ। ਸੋ ਭਲ ਕੇ ਉੱਠ ਹਰ ਨਾਮ ਤੇ ਆਏ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ।
ਇਹ ਸੀ ਅਸਥਾਈ। ਹੁਣ ਅੰਤਰਾ ਸਗਮ ਸਾ ਸਾ ਰੇ ਸਾ ਰੇ ਸਾ 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 ਧਾ ਧਾ ਪਾ ਧਾ ਸਾ ਪਾ ਧਾ ਧਾ ਪਾ ਸਾ ਸਾ ਰੇ ਸਾ ਰੇ ਸਾ 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 ਧਾ ਧਾ ਪਾ ਧਾ ਸਾ ਪਾ ਧਾ ਧਾ ਪਾ 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 ਉਧਮ ਕਰੇ ਪਲਕੇ ਪਰ ਬਾਤੀ। ਇਸ ਤੋਂ ਬਾਅਦ ਵਾਲੀ ਲਾਈਨ ਦੇਖੋ, ਇੱਕ ਵਾਰੀ ਮੈਂ ਲਾਈਨ ਗਾ ਕੇ ਫਿਰ ਜਾਵਾਂਗਾ ਬਾਰ ਵਾਲੀ ਲਾਈਨ ਚ। ਉਧਮ ਕਰੇ ਪਲਕੇ ਪਰ ਬਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਇਸ ਦੀ ਸਰਗਮ ਪਾ ਧਾ ਪਾ ਪਾ ਧਾ ਪਾ ਗਾ ਸਾ ਰੇ ਦੇਖੋ ਪਾ ਧਾ ਪਾ ਗਾ ਸਾ ਰੇ ਪਾ ਗਾ ਪਾ ਗਾ ਰੇ ਸਾ ਸਾ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਸਰਗਮ ਦੇਖੋ ਪਾ ਧਾ ਪਾ ਗਾ ਸਾ ਰੇ ਪਾ ਗਾ ਗਾ ਰੇ ਸਾ ਧਾ ਧਾ ਸਾ। ਹੁਣ ਸ਼ਬਦ ਦੇਖੋ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਨੈਕਸਟ ਲਾਈਨ ਸੇਮ ਇਹੀ ਸਰਗਮ ਤੇ ਆਣੀ ਹੈ, ਸਾ ਤੋਂ ਚੱਕਣਾ ਹੈ ਅੰਤਰਾ। ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਨ ਵਿਖ ਪਾਪ ਦੁੱਖ ਲਹਿ ਜਾਵੇ ਸਭ ਕਿਨ ਵਿਖ ਪਾਪ ਦੁੱਖ ਲਹਿ ਜਾਵੇ ਗੁਰ ਸਤਿਗੁਰ ਕਾ ਬਾਕੀ ਸਾਰੇ ਅੰਤਰੇ ਇਹੀ ਸਰਗਮ 'ਤੇ ਲੱਗਣੇ ਹਨ ਅਤੇ ਤੁਹਾਡਾ ਸ਼ਬਦ ਸੰਪੂਰਨ ਹੋ ਜਾਵੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।